ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਦੁਨੀਆਂ ਭਰ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਦੇਵਾ ਸਿੱਖ ਸੰਗਤਾਂ ਵਸਦੀਆਂ ਨੇ, ਸਰਬੰਸ ਦਾਨੀ ਸ਼ਮਸ਼ੀਰੇ ਬਹਾਦਰ ਅੰਮ੍ਰਿਤ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 352ਵਾਂ ਪ੍ਰਕਾਸ਼ ਦਿਵਸ ਹਰ ਥਾਂ ਬੜੀ ਸ਼ਰਧਾ ਤੇ ਪਿਆਰ ਸਹਿਤ ਮਨਾਇਆ ਜਾ ਰਿਹਾ। ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ TV84 ਦੀ ਟੀਮ ਸਹਿਤ ਅੱਜ ਗੁਰਦੁਆਰਾ ਸਾਹਿਬ ਸ਼ੂਗਰਲੈਂਡ ਵਿਖੇ ਸੰਗਤਾਂ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰ ਰਹੇ ਹਾਂ। ਭਾਈ ਸਾਹਿਬ ਜੀ ਨੇ ਕੀਰਤਨ ਰਾਹੀਂ ਵੀ ਔਰ ਅਰਦਾਸ ਰਾਹੀਂ ਵੀ ਅਕਾਲ ਪੁਰਖ ਤੋਂ ਆਜ਼ਿਜ਼ੀ ਦੇ ਨਾਲ ਬੜੀ ਨਿਮਰਤਾ ਦੇ ਨਾਲ ਇਹ ਮੰਗ ਕੀਤੀ ਕਿ ਸਤਿਗੁਰੂ ਪੰਥ ਦੇ ਵਿੱਚ ਆਪਸੀ ਪਿਆਰ, ਹਰ ਗੁਰਸਿੱਖ ਦੂਸਰੇ ਨੂੰ ਦੇਖ ਕੇ ਚਾਅ ਔਰ ਪਿਆਰ ਦੇ ਵਿੱਚ ਆਏ ਤੇ ਕੌਮੀ ਨਿਸ਼ਾਨ ਝੂਲਦੇ ਰਹਿਣ, ਇਹ ਸਾਡੇ ਹਮੇਸ਼ਾ ਹੀ ਇਤਿਹਾਸ ਪਰੰਪਰਾ ਦਾ ਹਿੱਸਾ ਰਿਹਾ। ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਦਸਵੇਂ ਪਾਤਸ਼ਾਹ ਦਾ ਜੀਵਨ ਲਗਭਗ 42 ਵਰੇ ਦੀ ਦੁਨਿਆਵੀ ਉਮਰ, ਕਿਉਂਕਿ ਸਾਡੀਆਂ ਸੀਮਤ ਅੱਖਾਂ ਨੇ, ਅਸੀਂ ਦੁਨੀਆਦਾਰੀ ਵੰਡ ਦੇ ਹਿਸਾਬ ਨਾਲ ਹੀ ਦੇਖਦੇ, ਪਰ ਜੋ ਕੁਝ ਗੁਰੂ ਕਲਗੀਧਰ ਪਾਤਸ਼ਾਹ ਨੇ ਮਨੁੱਖੀ ਸਮਾਜ ਨੂੰ ਦਿੱਤੇ, ਲਗਭਗ 8000 ਸਾਲ ਦੀ ਹਿਊਮਨ ਹਿਸਟਰੀ ਹੈ ਤੇ ਦਸਵੇਂ ਪਾਤਸ਼ਾਹ ਦੀ ਪਰਸਨੈਲਿਟੀ ਉਹ ਯੂਨੀਕ ਪਰਸਨੈਲਿਟੀ ਹੈ ਜਿਸ ਦਾ ਕੋਈ ਸਾਨੀ ਨਹੀਂ ਹੈ। ਭਾਈ ਗੁਰਦਾਸ ਸਿੰਘ 18ਵੀਂ ਸਦੀ ਦੇ ਬੜੇ ਚੰਗੇ ਪੰਜਾਬੀ ਕਵੀ ਹੋਏ ਨੇ, ਉਹਨਾਂ ਦੀ ਕਲਮ ਨੇ ਇਹ ਕਿਹਾ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਇਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹੁਣ ਜਦੋਂ ਅਸੀਂ ਅਗੰਮ ਦੀ ਗੱਲ ਕਰਦੇ, ਉਹ ਆਗਮ ਤੇ ਨਿਗਮ ਨਿਰੰਕਾਰ ਦਾ ਦੇਸ਼, ਜਿਸ ਨਿਰੰਕਾਰ ਦੀ ਬਖਸ਼ਿਸ਼ ਦੇ ਨਾਲ ਇਹ ਅਗੰਮੀ ਮਰਦ ਇਸ ਧਰਤੀ ਤੇ ਅਕਾਲ ਪੁਰਖ ਨੇ ਭੇਜਿਆ, ਔਰ ਇਕੇਲਾ ਯੂਨੀਕ ਕੋਈ ਪੈਰਲਲ ਨਹੀਂ ਹੈ, ਔਰ ਆਪੇ ਗੁਰ ਚੇਲਾ। ਜਦੋਂ ਅਸੀਂ ਸਿੱਖ ਇਤਿਹਾਸ ਵੱਲ ਨਗਾਸਾਨੀ ਕਰਦੇ ਤੇ ਕਦੇ ਅਨੰਦਪੁਰ ਸਾਹਿਬ ਦੇ ਉਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਕਾਮ ਤੇ ਪੰਜ ਪਿਆਰਿਆਂ ਸਾਹਮਣੇ ਖਲੋ ਕੇ ਖੁਦ ਅੰਮ੍ਰਿਤ ਦੀ ਦਾਤ ਮੰਗਦੇ ਨੇ, ਤੇ ਫਿਰ ਚਮਕੌਰ ਦੀ ਗੜੀ, ਤੁਸੀਂ ਦਸੰਬਰ ਦਾ ਇਹ ਪਿਛਲੇ ਹਫ਼ਤੇ ਉਹ ਯਾਦ ਕੀਤਾ, ਉਸ ਸੱਚ ਦੇ ਮਾਰਗ ਨੂੰ ਜਿਹੜਾ ਲਗਭਗ 9 ਮਹੀਨੇ ਦਾ ਅਨੰਦਪੁਰ ਸਾਹਿਬ ਦਾ ਘੇਰਾ, ਸਰਸਾ ਦਾ ਕੰਢਾ, ਪਰਿਵਾਰ ਵਿਛੋੜਾ, ਚਮਕੌਰ ਦੀ ਗੜੀ, ਮਾਛੀਵਾੜੇ ਦਾ ਸੱਥਰ ਤੇ ਫਿਰ ਖਿਦਰਾਣਾ ਮੁਕਤਸਰ ਸਾਹਿਬ ਦੀ ਧਾਪ, ਜਿਸ ਸੱਚ ਦੇ ਮਾਰਗ ਨੇ ਸਿੱਖ ਕੌਮ ਨੂੰ ਜਿੱਥੇ ਮਰਨ ਦੀ ਜਾਤ ਸਿਖਾਈ, ਉੱਥੇ ਅਣਖ ਤੇ ਗੈਰਤ ਨਾਲ ਸੱਚ ਹੱਕ ਇਨਸਾਫ ਦੇ ਰਸਤੇ ਤੇ ਆਪਣਾ ਸਰਬੰਸ ਕੁਰਬਾਨ ਕਰਕੇ ਦਸਵੇਂ ਪਾਤਸ਼ਾਹ ਨੇ ਦੱਸਿਆ ਕਿ ਸੱਚ ਦੇ ਸਾਹਮਣੇ ਸਭ ਕੁਝ ਕੁਰਬਾਨ ਕੀਤਾ ਜਾ ਸਕਦੇ। 4 ਵੱਡੇ ਦਰਿਆ ਭਾਰਤ ਦੇ, ਜਿਨ੍ਹਾਂ ਦੇ ਨਾਲ ਹਜ਼ਾਰਾਂ ਸਾਲਾਂ ਦੀਆਂ ਮਾਨਤਾਵਾਂ ਜੁੜੀਆਂ ਹੋਈਆਂ ਨੇ, ਉਹ ਬੇਸ਼ੱਕ ਹਿੰਦੂ ਥਾਟ ਦੀਆਂ ਹੋਣ, ਬੇਸ਼ੱਕ ਉਹ ਬੁੱਧਿਜ਼ਮ ਦੀਆਂ ਹੋਣ, ਬੇਸ਼ੱਕ ਉਹ ਜੈਨਿਜ਼ਮ ਦੀਆਂ ਹੋਣ, ਗੰਗਾ ਦੇ ਕੰਢੇ ਕਦੇ ਪਾਟਲੀਪੁੱਤਰ ਸ਼ਹਿਰ ਦੇ ਵਿੱਚ ਅਸ਼ੋਕ ਨੇ ਕਲਿੰਗਾ ਦੀ ਲੜਾਈ ਤੋਂ ਬਾਅਦ, ਜਿਹੜਾ ਕਲਿੰਗਾ ਅੱਜ ਦਾ ਉੜੀਸਾ ਹੈ, ਆਪਣੀ ਤਲਵਾਰ ਰੱਖ ਦਿੱਤੀ ਸੀ, ਤੇ ਉਸੇ ਹੀ ਪਾਟਲੀਪੁੱਤਰ ਪਟਨੇ ਦੀ ਧਰਤੀ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਉਸ ਕਿਰਪਾਨ ਨੂੰ ਪੰਥ ਨੂੰ ਦਿੰਦੇ ਨੇ ਜਿਹੜੀ ਹਰ ਗੁਰਸਿੱਖ ਦੇ ਹਮੇਸ਼ਾ ਲਈ ਸਿੰਘ ਔਰ ਸਿੰਘਣੀ ਦੇ ਗਾਤਰੇ ਹੈ, ਜਿਹੜਾ 2 ਸ਼ਬਦਾਂ ਦਾ ਮੇਲ ਹੈ, ਕਿਰਪਾ ਧਿਆਨ। ਕਿਰਪਾ ਬਖਸ਼ਿਸ਼ ਨੂੰ ਕਹਿੰਦੇ ਨੇ, ਗ੍ਰੇਸ ਨੂੰ ਕਹਿੰਦੇ ਨੇ, ਉਸ ਦੀ ਰਹਿਮਤ ਨੂੰ ਕਹਿੰਦੇ ਨੇ, ਤੇ ਆਨ ਅਣਖ ਦਾ ਨਾਂ ਹੈ, ਗੈਰਤ ਦਾ ਨਾਂ ਹੈ, ਸੈਲਫ ਰਿਸਪੈਕਟ ਦਾ ਨਾਂ ਹੈ,
ਹਿਊਮਨ ਰਾਈਟਸ ਦਾ ਨਾਂ ਹੈ, ਡਿਗਨਿਟੀ ਦਾ ਨਾਂ ਹੈ। ਔਰ ਇਹ ਕਿਰਪਾਨ ਖਾਲਸੇ ਦੇ ਗਾਤਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਪਵਾ ਕੇ ਇਹ ਹਮੇਸ਼ਾ ਦੇ ਲਈ ਖਾਲਸੇ ਦੇ ਜ਼ਿੰਮੇ ਲਾਇਆ। ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਖਾਲਸਾ ਪ੍ਰੋਟੈਕਟਰ ਹੈ ਡਾਊਨ ਟ੍ਰੋਡਨ ਦਾ, ਓਪਰੇਸ਼ਨ ਕਰਨ ਵਾਲਿਆਂ ਨੂੰ ਲਲਕਾਰਨਾ, ਉਹਨਾਂ ਨੂੰ ਸਜ਼ਾ ਯਾਫਤਾ ਕਰਨਾ। ਤੇ ਫਿਰ ਉਸ ਗੰਗਾ ਦੇ ਕੰਢੇ ਜਿਵੇਂ ਭਾਈ ਸਾਹਿਬ ਨੇ ਉਸ ਸਾਰੇ ਮੁਕਾਮ ਦੇ ਉੱਤੇ ਗੁਰੂ ਸਾਹਿਬ ਦੇ ਜਿਹੜੇ ਪਵਿੱਤਰ ਇਤਿਹਾਸਕ ਸਥਾਨ ਨੇ ਉਹਨਾਂ ਦਾ ਹਵਾਲਾ ਦਿੱਤੇ, ਕਦੇ ਉਸੇ ਗੰਗਾ ਦੇ ਕੰਢੇ ਜੇ ਇੱਕ ਸੋਨੇ ਦਾ ਕੰਗਨ ਗੰਗਾ ਵਿੱਚ ਡਿੱਗ ਪੈਂਦਾ ਤੇ ਮਾਤਾ ਗੁਜਰੀ ਜੀ ਪੁੱਛਦੇ ਨੇ ਦੂਸਰੇ ਹੱਥ ਦਾ ਵੀ ਲਾ ਕੇ ਉਸ ਵਿੱਚ ਸੁੱਟ ਕੇ ਕਹਿੰਦੇ ਨੇ ਕਿ ਇੱਥੇ ਸੁੱਟਿਆ। ਇਹ ਸਿੱਖ ਦੇ ਲਈ ਉਹ ਤਿਆਗ ਦਾ ਰਸਤਾ ਹੈ। ਉਸ ਦੇ ਲਈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਸੀ ਕਿ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਔਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ। ਸੋਨੇ ਤੇ ਮਿੱਟੀ ਦੇ ਵਿੱਚ ਫਰਕ ਨਾ ਕਰਨਾ ਤੇ ਇਸ ਸਭ ਨੂੰ ਵਾਹਿਗੁਰੂ ਦੀ ਖੇਡ ਸਮਝਣਾ। ਇਹ ਜੇ ਵਰਤਾਰਾ ਗੰਗਾ ਦੇ ਕੰਢੇ ਹੈ ਤੇ ਫਿਰ ਜਮੁਨਾ ਦੇ ਕੰਢੇ, ਜਦੋਂ ਕਿ ਗੁਰੂ ਕਲਗੀਧਰ ਪਾਤਸ਼ਾਹ ਲਗਭਗ 20 ਵਰੇ ਦੀ ਉਮਰ ਚ ਨੇ, 9 ਸਾਲ ਦੀ ਉਮਰ ਚ ਪਿਤਾ ਨੂੰ ਸ਼ਹਾਦਤ ਦੇ ਲਈ ਤੋਰਿਆ ਤੇ ਭੰਗਾਣੀ ਦਾ ਯੁੱਧ ਉਹ ਜਮੁਨਾ ਦਾ ਕੰਢਾ, ਜਿਸ ਜਮੁਨਾ ਦੇ ਕੰਢੇ ਨਾਲ ਵ੍ਰਿੰਦਾਵਨ ਮਥੁਰਾ ਸਾਰਾ ਇਤਿਹਾਸ ਜੁੜਿਆ ਹੋਇਆ। ਕਾਨ ਕ੍ਰਿਸ਼ਨ ਦਾ ਗੋਪੀਆਂ ਦੀ ਮਟਕੀ ਫੋੜਨਾ ਇਹ ਇਤਿਹਾਸ ਹੈ। ਪਰ ਉਸ ਖਿੱਤੇ ਦੇ ਵਿੱਚ ਉਹ ਇਤਿਹਾਸ ਗੁਰੂ ਕਲਗੀਧਰ ਪਾਤਸ਼ਾਹ ਨੇ ਸਿਰਜਿਆ। ਭੰਗਾਣੀ ਦਾ ਯੁੱਧ 22 ਤਾਰ ਦੇ ਪਹਾੜੀ ਰਾਜਿਆਂ ਦੀ ਸਾਂਝੀ ਫੌਜ ਹੈ, ਨਿਰਮੀ ਫੌਜ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਤੇ ਗੁਰੂ ਦਾ ਥਾਪੜਾ ਲੈ ਕੇ ਉਸ ਭੰਗਾਣੀ ਦੇ ਯੁੱਧ ਦੇ ਵਿੱਚ ਮਹੰਤ ਕਿਰਪਾਲ ਦਾਸ ਵਰਗੇ ਵੀ ਆਪਣੀ ਘੋੜੇ ਦੀ ਰਕਾਬਾਂ ਦੇ ਵਿੱਚ ਪੈਰ ਰੱਖ ਕੇ ਆਪਣੇ ਕੁੱਤਕੇ ਡੰਡੇ ਦੇ ਨਾਲ ਜਦੋਂ ਹਿਆਤ ਖਾਨ ਦਾ ਸਿਰ ਫੇਂਦੇ ਨੇ ਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਕਲਮ ਚੱਲਦੀ ਹੈ ਕਿ ਹਿਆਤ ਖਾਨ ਦਾ ਸਿਰ ਇਵੇਂ ਜਿਹੜਾ ਉਹ ਕਿਰਪਾਲ ਦਾਸ ਨੇ ਭੰਨਿਆ, ਮਾਨੋ ਗੰਗਾ ਜਮੁਨਾ ਦੇ ਕੰਢੇ ਕ੍ਰਿਸ਼ਨ ਨੇ ਕਿਸੇ ਗੋਪੀ ਦੀ ਮਟਕੀ ਫੋੜੀ ਹੋਏ ਤੇ ਉਸ ਚੋਂ ਮੱਖਣ ਚਾਰ ਚਫੇਰੇ ਨਿਕਲਿਆ ਹੋਏ। ਸੋ ਜ਼ਾਹਿਰ ਹੈ ਇੱਕ ਪਾਸੇ ਮੱਖਣ ਦਾ ਕਲਚਰ ਸੀ, ਮਟਕੀਆਂ ਦਾ ਕਲਚਰ ਸੀ, ਪਰ ਇੱਥੇ ਉਹ ਬਲਕਾਰ ਯੋਧੇ ਪੈਦਾ ਕੀਤੇ ਗੁਰੂ ਕਲਗੀਧਰ ਪਾਤਸ਼ਾਹ ਨੇ, ਜਿਨ੍ਹਾਂ ਨੇ ਜ਼ੁਲਮ ਨੂੰ ਵੰਗਾਰਿਆ ਤੇ ਜਮੁਨਾ ਦੇ ਕੰਢੇ ਅੱਜ ਵੀ ਪੌਂਟਾ ਸਾਹਿਬ ਸਭਾਏਮਾਨ ਹੈ। ਇੱਕ ਪਾਸੇ ਬਹਾਦਰੀ ਦੀ ਗੱਲ ਹੈ, ਦੂਸਰੇ ਪਾਸੇ ਇੰਟਲੈਕਟ ਦੀ ਗੱਲ ਹੈ। ਅਸੀਂ 52 ਕਵੀਆਂ ਦੀ ਗੱਲ ਕਰਦੇ ਗੁਰੂ ਸਾਹਿਬ ਦਾ ਉਹ ਦਰਬਾਰ ਪੌਂਟਾ ਸਾਹਿਬ ਦਾ, ਔਰ ਇਹ ਗੱਲ ਕੰਪਲੀਟ ਕਰਦੀ ਹੈ ਸਿੱਖ ਤਹਿਜ਼ੀਬ ਨੂੰ। ਸਿੱਖ ਸਿਰਫ ਇੱਕ ਧਰਮ ਤੱਕ, ਰਾਈਟੀਅਸਨੈਸ ਤੱਕ ਮਹਦੂਦ ਨਹੀਂ ਹੈ। 10 ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਸਾਹਿਬ 1469 ਚ ਪ੍ਰਕਾਸ਼ਮਾਨ ਹੋਏ, ਔਰ ਇਹ ਵਰਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਾ 550ਵਾਂ ਵਰਾ ਵੀ ਹੈ, ਔਰ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹੈ। 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਇਸ 230 ਵਰਿਆਂ ਦੇ ਵਿੱਚ ਉੱਥੇ ਇੱਕ ਨਵੀਂ ਤਹਿਜ਼ੀਬ ਰਚੀ ਗਈ ਜਿਹੜੀ 8000 ਸਾਲ ਦੇ ਮਨੁੱਖੀ ਇਤਿਹਾਸ ਨਹੀਂ ਸੀ, ਜਿਹਦੇ ਚ ਇੱਕ ਰੱਬ ਦੀ ਗੱਲ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਸੰਸਕ੍ਰਿਤ ਦੀ ਡੋਮੀਨੈਂਸ ਖਤਮ ਕਰਕੇ ਗੁਰਮੁਖੀ ਦੇ ਵਿੱਚ ਬਾਣੀ ਦਾ ਰਚਨਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਇਹ ਖਜ਼ਾਨਾ, ਤੇ ਫਿਰ ਮੀਰੀ ਪੀਰੀ ਦਾ ਕਾਨਸੈਪਟ ਅਕਾਲ ਤਖ਼ਤ ਦਿੱਲੀ ਤਖ਼ਤ ਤੋਂ 2 ਫੁੱਟ ਉੱਚਾ, ਤੇ ਗੁਰੂ ਹਰ ਰਾਏ ਸਾਹਿਬ ਕਿਵੇਂ ਉਹ ਕੀਰਤਪੁਰ ਸਾਹਿਬ ਜਿਹਨੂੰ ਸਿਟੀ ਆਫ ਗਾਰਡਨ, ਜੇ ਇਸ ਦੇ ਵਿੱਚ ਗਾਰਡਨ ਵੀ ਨੇ, ਇਨਵਾਇਰਮੈਂਟ ਦੀ ਗੱਲ ਵੀ ਹੈ, ਜ਼ੂ ਵੀ ਹੈ, ਤੇ 9ਵੇਂ ਪਾਤਸ਼ਾਹ ਆਪਣੀ ਸ਼ਹਾਦਤ ਦਿੰਦੇ ਨੇ ਤੇ 10ਵੇਂ ਪਾਤਸ਼ਾਹ ਦੀ ਕਲਮ ਚੱਲਦੀ ਹੈ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ। ਹੁਣ ਇਹ ਗੱਲ ਬੜੀ ਯੂਨੀਕ ਹੈ ਕਿ ਲਗਭਗ 9-10 ਵਰੇ ਦੀ ਉਮਰ ਚ ਗੁਰੂ ਨਾਨਕ ਸਾਹਿਬ ਬ੍ਰਾਹਮਣ ਦਾ ਹੱਥ ਫੜ ਲੈਂਦੇ ਨੇ ਕਿ ਇਹ ਜਨੇਊ ਜਬਰੀ ਪਾਉਣ ਨਹੀਂ ਦੇਣਾ, ਤੇ ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਦਾ ਹੱਥ ਫੜ ਲੈਂਦੇ ਨੇ ਕਿ ਇਹ ਜਬਰੀ ਲਾਉਣ ਨਹੀਂ ਦੇਣਾ। ਇਹੀ ਸਿੱਖੀ ਦਾ ਫਲਸਫਾ ਹੈ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਿ ਨਾ ਕਿਸੇ ਨੂੰ ਡਰ ਦੇਣਾ ਤੇ ਨਾ ਕਿਸੇ ਦਾ ਡਰ ਮੰਨਣਾ। ਗੁਰੂ ਕਲਗੀਧਰ ਪਾਤਸ਼ਾਹ ਦਾ ਫਲਸਫਾ। ਫਿਰ ਸਤਲੁਜ ਦੇ ਕੰਢੇ ਅਨੰਦਪੁਰ ਸਾਹਿਬ, 5 ਉਹ ਘੁੱਟ ਅੰਮ੍ਰਿਤ ਦੇ, ਉਹ 5 ਚੁੜੇ ਕੇਸਾਂ ਦੇ ਵਿੱਚ, ਔਰ ਇਹ ਫਰਮਾਨ ਕਿ ਅੱਜ ਤੋਂ ਤੁਹਾਡੀ ਕੁੱਲ ਨਾਸ, ਕਿਰਤ ਨਾਸ, ਵਰਣ ਨਾਸ,
ਭਰਮ ਨਾਸ ਤੁਸੀਂ ਖਾਲਸਾ ਹੋ ਔਰ ਤੁਹਾਡੇ ਜ਼ਿੰਮੇ ਹੈ ਕਿ ਤੁਸੀਂ ਇਨਸਾਨੀਅਤ ਦੀਆਂ ਵੈਲਿਊਜ਼ ਮਨੁੱਖੀ ਹੱਕਾਂ ਦੀਆਂ ਵੈਲਿਊਜ਼ ਕਿਸੇ ਧਰਮ ਦੇ ਖਿਲਾਫ ਨਾ ਉਦੋਂ ਖਾਲਸੇ ਦੀ ਵਿਰੋਧਤਾ ਸੀ ਨਾ ਅੱਜ ਦੇ ਪੀਰੀਅਡ ਚ ਹੈ ਖਾਲਸਾ ਜ਼ੁਲਮ ਦੇ ਖਿਲਾਫ ਲੜਦਾ ਇਹੀ ਕਾਰਨ ਸੀ ਕਿ ਬੇਸ਼ੱਕ ਉਹ ਪੀਰ ਬੁੱਧੂ ਸ਼ਾਹ ਉਹਨਾਂ ਦੇ ਪੁੱਤਰ ਮੁਰੀਦ ਸ਼ਹੀਦੀ ਦੇਣ ਲਈ ਗੁਰੂ ਸਾਹਿਬ ਦੇ ਨਾਲ ਆ ਕੇ ਖਲੋਤੇ ਬੇਸ਼ੱਕ ਉਹ ਨਿਹੰਗ ਖਾਨ ਰੋਪੜ ਦੇ ਉਸ ਭੱਠਾ ਸਾਹਿਬ ਦੇ ਮੁਕਾਮ ਤੇ ਆਪਣੇ ਪਰਿਵਾਰ ਨੂੰ ਖਤਰੇ ਚ ਪਾ ਕੇ ਸੇਵਾ ਕਰਦੇ ਬੇਸ਼ੱਕ ਉਹ ਰਾਏ ਕੱਲਰ ਦਸਵੇਂ ਪਾਤਸ਼ਾਹ ਨੂੰ ਆਪਣੇ ਕੋਲ ਰੱਖਦੇ ਬੇਸ਼ੱਕ ਉਹ ਨਬੀ ਖਾਨ ਗਨੀ ਖਾਨ ਪਠਾਨ ਨੇ ਜਿਹੜੇ ਉੱਚ ਦੇ ਪੀੜ ਦੇ ਰੂਪ ਦੇ ਵਿੱਚ ਆਪਣੇ ਜਿਹੜੀ ਹੈ ਸੇਵਾ ਨਿਭਾਉਂਦੇ ਨੇ ਇਹ ਮੈਸੇਜ ਸੀ ਗੁਰੂ ਕਲਗੀਧਰ ਪਾਤਸ਼ਾਹ ਦਾ ਕਿ ਜ਼ੁਲਮ ਦੇ ਖਿਲਾਫ ਜਿਹੜਾ ਖਾਲਸੇ ਨੇ ਖਰੋਣੇ ਤੇ ਉਹਨਾਂ ਦਾ ਜੋਤੀ ਜੋਤ ਸਮਾਨ ਹੈ ਗੋਦਾਵਰੀ ਦੇ ਕੰਢੇ ਹੁਣ ਇਹਨਾਂ ਚਾਰਾਂ ਦਰਿਆਵਾਂ ਦੇ ਨਾਲ ਜੁੜਿਆ ਹੋਇਆ ਤੁਸੀਂ ਕਰਮ ਕਾਂਡ ਇਤਿਹਾਸ ਦੇਖੋ ਤੇ ਫਿਰ ਖਾਲਸੇ ਦਾ ਇਤਿਹਾਸ ਦੇਖੋ ਗੁਰੂ ਕਲਗੀਧਰ ਪਾਤਸ਼ਾਹ ਦਾ ਜੀਵਨ ਦੇਖੋ ਤੇ ਫਿਰ ਇਸ ਗੱਲ ਦੀ ਸਮਝ ਆਏਗੀ ਕਿ ਸਾਨੂੰ ਫਖਰ ਹੋਣਾ ਚਾਹੀਦਾ ਹੈ ਕਿ ਬੇਸ਼ੱਕ ਅਸੀਂ ਲਗਭਗ 550 ਸਾਲ ਦੀ ਬਾਲੜੀ ਉਮਰ ਵਾਲੇ ਧਰਮ ਦਾ ਹਿੱਸਾ ਹੈ ਸਾਡੀ ਖੁਸ਼ਕਿਸਮਤੀ ਹੈ ਕਿ ਗੁਰੂ ਨੇ ਸਾਨੂੰ ਸਿੱਖਾਂ ਦੇ ਘਰਾਂ 'ਚ ਜਨਮ ਦਿੱਤਾ ਹੈ ਪਰ ਸਿੱਖ ਕਰਮ ਦੇ ਨਾਲ ਹੈ ਇਸ ਗੱਲ ਦਾ ਇਹ ਅਹਿਸਾਸ ਰਹੇ ਕਿ ਅੱਜ ਬੇਸ਼ੱਕ ਅਸੀਂ ਬਹੁਤ ਖੁਸ਼ਹਾਲ ਹੈ ਦੁਨੀਆਂ ਭਰ ਦੇ ਵਿੱਚ ਦੁਨੀਆਂ ਦੇ 150 ਤੋਂ ਜ਼ਿਆਦਾ ਸਿੱਖ ਦੇਸ਼ਾਂ ਦੇ ਵਿੱਚ ਸਿੱਖ ਵੱਸਦੇ ਨੇ ਸਾਡੇ ਨਿਸ਼ਾਨ ਝੂਲਦੇ ਨੇ ਪਰ ਸਾਡਾ ਇੱਕ ਵੱਡਾ ਹਿੱਸਾ ਸਿੱਖੀ ਤੋਂ ਵੀ ਵਿਥ ਪਾ ਰਿਹਾ ਕੁਛ ਕਰਮ ਕਾਂਡ ਦੇ ਵਿੱਚ ਰੁੱਝ ਗਿਆ ਕੁਛ ਮੈਟੀਰੀਅਲਿਜ਼ਮ ਦੀ ਪਕੜ ਦੇ ਵਿੱਚ ਹੈ ਤੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਇਹ ਸਮਰੱਥਾ ਦੇਣ ਹਿੰਮਤ ਦੇਣ ਇਹ ਜਿਹੜਾ ਸਿੱਖੀ ਦਾ ਰਸਤਾ ਹੈ ਜਿਸ ਨੂੰ ਖੰਨਿਓ ਤਿੱਖੀ ਵਾੜੋ ਨਿੱਕੀ ਇਹ ਮਾਰਗ ਜਾਣਾ ਕਿਹਾ ਕਿ ਗੁਰੂ ਅਮਰਦਾਸ ਜੀ ਨੇ ਯਾਦ ਕਰਵਾਇਆ ਸੀ ਕਿ ਇਹ ਖੰਡੇ ਦੀ ਧਾਰ ਤੋਂ ਤਿੱਖਾ ਰਸਤਾ ਹੈ ਤੇ ਵਾੜਾ ਵਾੜ ਤੋਂ ਬਰੀਕ ਹੈ ਔਰ ਖੰਡੇ ਦੀ ਧਾਰ ਦੇ ਉੱਤੇ ਹੀ ਇਹ ਪਰਖਿਆ ਗਿਆ ਤਲਵਾਰ ਦੀ ਧਾਰ ਤੇ ਜਿਹਨਾਂ ਪੰਜਾਂ ਨੇ ਆਪਣਾ ਆਪ ਗੁਰੂ ਦੇ ਅੱਗੇ ਦਿੱਤਾ ਉਹ ਗੁਰੂ ਦੇ ਪਿਆਰੇ ਬਣੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਸਾਹਿਬਜ਼ਾਦਿਆਂ ਦਾ ਜ਼ਿਕਰ ਬਾਅਦ 'ਚ ਹੁੰਦਾ ਹੈ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਸੋ ਗੁਰੂ ਨੂੰ ਉਹੀ ਪਿਆਰੇ ਨੇ ਜਿਹੜਾ ਗੁਰੂ ਦੇ ਅੱਗੇ ਆਪਾਂ ਰੱਖ ਦਿੰਦੇ ਨੇ ਤੇ ਜੇ ਮਾਤਾ ਜੀ ਨੇ ਚਾਰ ਸਾਹਿਬਜ਼ਾਦਿਆਂ ਪ੍ਰਥਾਏ ਪੁੱਛਿਆ ਸੀ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਗੁਰੂ ਸਾਹਿਬ ਨੇ ਆਪਣੇ ਬਿੰਦੀ ਪੁੱਤਰ ਬਾਇਓਲੋਜੀਕਲ ਸੰਸ ਕੁਰਬਾਨ ਕਰਕੇ ਨਾਦੀ ਪੁੱਤਰ ਸ਼ਬਦ ਤੋਂ ਪੈਦਾ ਇਹ ਖਾਲਸਾ ਜਿਹੜਾ ਇਸ ਧਰਤੀ ਦੇ ਉੱਤੇ ਉਤਾਰਿਆ ਇਹ ਅਕਾਲ ਪੁਰਖ ਦੀ ਮੌਜ ਸੀ ਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਤੇ ਉਸ ਖਾਲਸੇ ਦਾ ਅਸੀਂ ਹਿੱਸਾ ਸਤਿਗੁਰੂ ਰਹਿਮਤ ਕਰਨ ਸਾਨੂੰ ਇਹ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨ ਦੀ ਸਤਿਗੁਰੂ ਹਿੰਮਤ ਦੇਣ ਔਰ ਤੁਹਾਡਾ ਅੱਜ ਦਾ ਇਹ ਸਾਰਾ ਹੀ ਬੇਸ਼ੱਕ ਹਰ ਥਾਂ ਤੇ ਦੀਵਾਨ ਸਜੇ ਨੇ ਪਰ ਇਹ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਮੂਲ ਨਾਨਕ ਸ਼ਾਹੀ ਕੈਲੰਡਰ 2003 ਦੇ ਮੁਤਾਬਕ 5 ਜਨਵਰੀ ਦੇ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਹੋ ਕੱਲ ਵੀ ਸਾਰੇ ਗੁਰਦੁਆਰਾ ਸਾਹਿਬਾਨ ਚ ਦੀਵਾਨ ਹੋਣੇ ਨੇ ਔਰ ਅੱਜ ਦਾ ਇਹ ਪ੍ਰੋਗਰਾਮ ਸਾਡੀ TV84 ਦੀ ਟੀਮ ਨੇ ਕੈਮਰਾ ਬੰਦ ਕੀਤਾ ਅਸੀਂ ਇਹ ਸਮਝਦੇ ਹਾਂ ਕਿ ਅੱਜ ਦੇ ਯੁੱਗ ਦੇ ਵਿੱਚ ਮੀਡੀਆ ਦੀ ਬੜੀ ਅਹਿਮੀਅਤ ਹੈ ਇੱਕ ਜ਼ਮਾਨਾ ਸੀ ਜੰਗ ਦੇ ਮੈਦਾਨ 'ਚ ਲੜਾਈਆਂ ਲੜੀਆਂ ਜਾਂਦੀਆਂ ਸੀ ਉੱਥੇ ਜਿੱਤੀਆਂ ਹਾਰੀਆਂ ਜਾਂਦੀਆਂ ਸੀ ਪਰ ਅੱਜ ਮੀਡੀਆ ਜਿਹੜਾ ਉਹ ਗੇਮ ਚੇਂਜਰ ਹੈ ਤੋ ਸਾਡੀ ਕੋਸ਼ਿਸ਼ ਹੈ TV84 ਇੱਕ ਪੰਥਕ ਵਿਚਾਰਧਾਰਾ ਨੂੰ ਸਮਰਪਿਤ ਚੈਨਲ ਹੈ ਲਗਭਗ 6 ਸਾਲ ਪਹਿਲਾਂ ਅਸੀਂ 2012 ਦਸੰਬਰ 'ਚ ਇਸ ਦੀ ਸ਼ੁਰੂਆਤ ਕੀਤੀ ਨਿਊਯਾਰਕ ਬੇਸਡ ਹੈ ਔਰ ਤੁਸੀਂ ਆਪਣੇ ਈਵਨ ਆਈਫੋਨਸ ਤੇ TV84.tv ਵਿਦਆਊਟ ਐਨੀ ਸਬਸਕ੍ਰਿਪਸ਼ਨ ਦੇਖ ਸਕਦੇ ਹੋ ਤੁਹਾਡੇ ਘਰਾਂ ਤੇ ਰੋਕੂ ਜਾਦੂ ਸਪੈਕਟ੍ਰਮ ਔਰ ਈਵਨ ਯੂਟਿਊਬ ਤੇ ਵੀ ਅਸੀਂ ਜਿਹੜਾ ਇਸ ਨੂੰ ਲਾਈਵ ਚੈਨਲ ਦੇ ਤੌਰ ਤੇ ਲੱਖਾਂ ਇਸ ਦੇ ਵਿਊਅਰਸ ਨੇ ਔਰ ਸਾਡੇ ਲਈ ਇਹ ਬੜਾ ਜ਼ਰੂਰੀ ਹੈ ਕਿ ਦੁਨੀਆਂ ਨੂੰ ਅਸੀਂ ਦੱਸੀਏ ਕਿ ਸਾਡਾ ਕਿੰਨਾ ਯੂਨੀਕ ਫਲਸਫਾ ਹੈ ਤਾਂ ਕਿ ਸਾਡੇ ਆਪਣੇ ਬੱਚੇ ਬੱਚੀਆਂ ਜਿਹਨਾਂ ਨੂੰ ਇਹ ਫਖਰ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਧਰਮ ਦਾ ਹਿੱਸਾ ਜਿਹੜਾ ਧਰਮ ਹਿਊਮੈਨੀਟੇਰੀਅਨਿਜ਼ਮ 'ਚ ਯਕੀਨ ਕਰਦਾ ਜਿਹੜਾ ਧਰਮ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਕੋ ਹਿਊਮਨ ਰੇਸ ਐਜ਼ ਵਨ ਇਸ ਯਕੀਨ ਰੱਖਦੇ ਜਿਹੜਾ ਅਣਖ ਨਾਲ ਜੋੜਾਂ ਸਿਖਾਉਂਦੇ ਔਰ ਇਹ ਸਾਰੇ ਦੇ ਨਾਲ ਮੈਂ ਆਪ ਸਮੂਹ ਸਿੱਖ ਸੰਗਤਾਂ ਨੂੰ
ਅੱਜ ਗੁਰੂ ਕਰਗੀਧਰ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਦੀ ਬਹੁਤ ਬਹੁਤ ਮੁਬਾਰਕ ਵੀ ਅਰਜ਼ ਕਰਦੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ